हाँ जी भाई, वाहिगुरू जी का खालसा वाहिगुरू जी की फतेह। अज बड़े खुशी वाली गल है, साढ़े विचकार बीबी जैसमीन कौर पुत्री सरदार मनजीत सिंह, ये लड़की जिहड़ी कि जर्मन दे विच जर्मन की पुलिस दे विच भर्ती हुई आ, जिहदे नाल साढ़े पिंड दा साढ़े इलाके दा पंजाब दा नहीं बल्कि हिंदुस्तान दा नाम जिहड़ा कुल दुनिया दे विच रोशन होया आ, जिस पंजाब नूं आपां नशियां दा पंजाब कहिंदे आ, उन्हां दे विचों भी एक फुल दी तरह निखड़ के जिहड़े बच्चे आ ਉਹ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਵੱਡੀਆਂ ਪਦਵੀਆਂ ਪ੍ਰਾਪਤ ਕਰ ਰਹੇ ਆ, ਜਿੱਥੇ ਬਹੁਤ ਹੀ ਇਹ ਮਾਣ ਵਾਲੀ ਗੱਲ ਵਾ ਪਿੰਡ ਵਾਸੀਆਂ ਨੂੰ ਅਤੇ ਜਿੰਨੇ ਵੀ ਇਹ ਵਿਦਿਆਰਥੀ ਇੱਥੇ ਬੱਚੇ ਵੀ ਆਏ ਹੋਏ ਆ ਉਹਨਾਂ ਨੂੰ ਵੀ ਇਹ ਪ੍ਰੇਰਣਾ ਦਿੰਦੇ ਵੀ ਇਹਨਾਂ ਤੋਂ ਸਿੱਖਿਆ ਲੈ ਕੇ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਕੰਮ ਕਰੋ ਜਿਹਦੇ ਵਿੱਚ ਤੁਹਾਡੇ ਪਿੰਡ ਦਾ ਨਾਂ, ਤੁਹਾਡੇ ਇਲਾਕੇ ਦਾ ਨਾਂ ਅਤੇ ਤੁਹਾਡੇ ਪੰਜਾਬ ਦਾ ਨਾਂ ਉੱਚਾ ਹੋਵੇ। ਸੋ ਮੈਂ ਸਾਰੇ ਹੋਏ ਪਰਿਵਾਰ ਨੂੰ ਜਿੱਥੇ ਮੁਬਾਰਕਬਾਦ ਦਿੰਦਾ ਹਾਂ, ਜੀ ਆਇਆਂ ਆਖਦਾ ਹਾਂ, ਉੱਥੇ ਸਾਰੇ ਪਿੰਡ ਵੱਲੋਂ ਇਹਨਾਂ ਸਾਰੇ ਪਹੁੰਚੇ ਹੋਏ ਸੱਜਣਾਂ ਦਾ ਵੀ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਅੱਜ ਪਿੰਡ ਰੁੜਕਾ ਕਲਾਂ ਵਿੱਚ ਸਮੂਹ ਨਗਰ ਨਿਵਾਸੀਆਂ ਵੱਲੋਂ ਸਾਡੇ ਪਿੰਡ ਦੀ ਬੇਟੀ ਜੈਸਮੀਨ ਪ੍ਰਭਜੋਤ ਡਾਟਰ ਆਫ ਮਨਜੀਤ ਸਿੰਘ ਪੱਤੀ ਗਊ ਤੋਂ, ਜਿਹਨੇ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਸਾਡੇ ਪੰਜਾਬ ਦਾ ਜਰਮਨ ਦੇ ਵਿੱਚ ਜਾ ਕੇ ਨਾਂ ਰੋਸ਼ਨ ਕੀਤਾ, ਉੱਥੇ ਦੀ ਜਿਹੜੀ ਸਿਕਿਉਰਿਟੀ ਆ ਉਹਦੇ ਵਿੱਚ ਉਹਦੀ ਭਰਤੀ ਹੋਈ ਆ, ਪੁਲਿਸ ਵਿੱਚ ਉੱਥੇ ਦੀ ਭਰਤੀ ਹੋਈ ਆ। ਇਹ ਛੋਟੀ ਗੱਲ ਨਹੀਂ ਹੈ, ਬਹੁਤ ਵੱਡੀਆਂ ਗੱਲਾਂ ਨੇ ਵੀ ਪੰਜਾਬ ਦੀਆਂ ਧੀਆਂ ਜਿਹੜੀਆਂ ਜਿੱਥੇ ਦੇਸ਼ਾਂ ਵਿਦੇਸ਼ਾਂ ਜਾ ਕੇ ਵੀ ਪਿੰਡ ਰੁੜਕਾ ਕਲਾਂ ਦਾ ਨਾਂ ਉੱਚਾ ਕਰ ਰਹੀਆਂ। ਅੱਜ ਅਸੀਂ ਉਹਦੇ ਸੰਬੰਧ 'ਚ ਉਸਦਾ ਸਨਮਾਨ ਪਿੰਡ ਰੁੜਕਾ ਕਲਾਂ ਦੇ ਸਮੂਹ ਨਗਰ ਵਾਸੀਆਂ ਵੱਲੋਂ ਸ਼ੋਰਟ ਟਾਈਮ 'ਚ, ਕਿਉਂਕਿ ਉਹਨਾਂ ਨੇ ਵਾਪਸ ਚਲੇ ਜਾਣਾ 31 ਤਰੀਕ ਨੂੰ, ਸ਼ੋਰਟ ਟਾਈਮ 'ਚ ਅਸੀਂ ਪ੍ਰਬੰਧ ਕਰਕੇ ਅਤੇ ਉਹਦਾ ਸਨਮਾਨ ਕੀਤਾ, ਜਿਹਦੇ ਸੰਬੰਧ 'ਚ ਪਿੰਡ ਦੇ ਕਾਫੀ ਪ੍ਰਬੰਧ ਸੱਜਣ ਕੁਲਵੰਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਜੀ ਲੰਬੜਦਾ ਜਿਹੜੇ ਸਾਬਕਾ ਸਰਪੰਚ ਵੀ ਨੇ, ਤਹਿਸੀਲਦਾਰ ਸਾਹਿਬ, ਹੋਰ ਜਿਹੜੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਇੱਥੇ ਹਾਜ਼ਰੀਆਂ, ਸਕੂਲ ਦੇ ਬੱਚੇ ਵੀ ਆਏ, ਜਿਹਦੇ ਨਾਲ ਉਸ ਬੇਟੀ ਦਾ ਵੀ ਹੌਸਲਾ ਜਿਹੜਾ ਉਹ ਹੋਰ ਵਧੂਗਾ ਅਤੇ ਉਹ ਹੋਰ ਜਿਹੜੀਆਂ ਵਿਦੇਸ਼ਾਂ ਵਿੱਚ ਜਰਮਨ ਜਾ ਕੇ ਪਲਾਂਘਾ ਪੱਟਦੀ ਹੋਈ ਪਿੰਡ ਰੁੜਕਾ ਕਲਾਂ ਦਾ ਜਿਹੜਾ ਨਾਂ ਉਹ ਹੋਰ ਉੱਚਾ ਕਰੇਗੀ। ਅਸੀਂ ਸਮੂਹ ਨਗਰ ਵਾਸੀਆਂ ਵੱਲੋਂ ਉਹਨਾਂ ਨੂੰ ਜਿੱਥੇ ਜੀਆਂ ਗਿਆ ਉਹਨਾਂ ਦਾ ਧੰਨਵਾਦ ਵੀ ਕੀਤਾ, ਔਰ ਆਉਣ ਵਾਲੇ ਸਮੇਂ 'ਚ ਉਹ ਹੋਰ ਤਰੱਕੀਆਂ ਕਰੇ ਇਹ ਕਾਮਨਾ ਕਰਦੇ ਹੋਏ ਇਸ ਫੰਕਸ਼ਨ ਨੂੰ ਸਮਾਪਤ ਕੀਤਾ।